ਪਿਛਲੇ ਦਿਨੀ ਸੰਗਰੂਰ ਦੇ ਵਿੱਚ ਜਿਹੜਾ ਪਿੰਡ ਬੀੜ ਐਸਵਾਨ ਦਾ ਮੁੱਦਾ ਜਿਹੜਾ ਜਿਸ ਵਿੱਚ ਮੈਂ ਜਿਹੜਾ ਮੰਡੀ ਨੂੰ ਲੈ ਕੇ ਜਾਂ ਇੱਕ ਇੰਡਸਟਰੀਅਲ ਜ਼ੋਨ ਨੂੰ ਲੈ ਕੇ ਮੈਂ ਇੱਕ ਵਿਧਾਨ ਸਭਾ ਦੇ ਵਿੱਚ ਮੈਂ ਮੁੱਦਾ ਉਠਾਇਆ ਸੀਗਾ। ਸੋ ਮੈਂ ਉਸ ਮੁੱਦੇ ਦੇ ਬਾਰੇ ਥੋੜਾ ਜਿਹਾ ਬਰੀਫ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਦੇਖ ਰਹੀ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਉਸ ਤੇ ਜਿਹੜੀ ਸਿਆਸਤ ਆ ਜਿਹੜੀ ਕੀਤੀ ਜਾ ਰਹੀ ਆ। ਮੈਨੂੰ ਸੰਗਰੂਰ ਦੇ ਲੋਕਾਂ ਨੇ ਚੁਣਿਆ ਔਰ ਮੇਰੀ ਡਿਊਟੀ ਆ, ਮੇਰਾ ਫਰਜ਼ ਆ ਕਿ ਮੈਂ ਸੰਗਰੂਰ ਦੇ ਜਿਹੜੇ ਮਸਲੇ ਨੇ, ਸੰਗਰੂਰ ਦੇ ਜਿਹੜੇ ਮੁੱਦੇ ਨੇ, ਉਹ ਮੈਂ ਸਰਕਾਰ ਕੋਲ ਰੱਖਾਂ। ਸੋ ਮੈਂ ਵਿਧਾਨ ਸਭਾ ਦੇ ਵਿੱਚ, ਕਿਉਂਕਿ ਸੰਗਰੂਰ ਆ ਜਿਹੜਾ ਉਹ ਜੀਂਦ ਰਿਆਸਤ ਦਾ ਹਿੱਸਾ ਰਿਹਾ ਔਰ ਸੰਗਰੂਰ ਰਿਆਸਤ ਦਾ ਜਿਹੜਾ ਆਖਰੀ ਜਿਹੜਾ ਜੀਂਦ ਦਾ ਜਿਹੜਾ ਰਾਜਾ ਸੀਗਾ ਰਾਜਾ ਸਤਵੀਰ ਸਿੰਘ, ਉਹਦੀ ਡੈਥ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਹੋਈ ਆ ਔਰ ਉਹਨਾਂ ਦੇ ਦਾਦਾ ਜੀ ਦੀ ਜਿਹੜੀ ਵਸੀਅਤ ਸੀ ਉਸ ਵਸੀਅਤ ਦੇ ਜਿਹੜਾ ਅਨੁਸਾਰ ਉਹ ਜਿਹੜੀ ਜ਼ਮੀਨ ਸੀਗੀ ਰਾਜਾ ਸਤਵੀਰ ਸਿੰਘ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੇ ਜਿਹੜੀ ਨਾਮ ਉਹ ਹੋਣੀ ਹੈ। ਸੋ ਮੇਰਾ ਜਿਹੜਾ ਮੁੱਦਾ ਰੱਖਣ ਦਾ ਮੇਨ ਮਕਸਦ ਇਹ ਸੀ ਕਿ ਉਹ ਜਿਹੜੀ ਜ਼ਮੀਨ ਆ 255 ਏਕੜ ਜਿਸ ਦੀ ਮੈਂ ਗੱਲ ਕੀਤੀ ਆ ਕਿ ਉਹ 255 ਏਕੜ ਦੀ ਜਿਹੜੀ ਮਾਲਕੀ ਆ ਉਹਨੂੰ ਜਲਦੀ ਤੋਂ ਜਲਦੀ ਜਿਹੜੀ ਪੰਜਾਬ ਸਰਕਾਰ ਦੇ ਨਾਮ ਜਿਹੜੀ ਤਬਦੀਲ ਕੀਤੀ ਜਾਵੇ ਜਿਵੇਂ ਕਿ ਰਾਜਾ ਸਤਵੀਰ ਸਿੰਘ ਦੇ ਦਾਦਾ ਜੀ ਦੀ ਜਿਹੜੀ ਵਸੀਅਤ ਸੀ। ਸੋ 255 ਏਕੜ ਦੀ ਜਿਹੜੀ ਮੈਂ ਗੱਲ ਕੀਤੀ ਆ ਔਰ ਇਹਦੇ ਉੱਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਹੈ ਕਿ ਜੇ ਬੀੜ ਪੁੱਟਣ ਦੀ ਗੱਲ ਹੋ ਰਹੀ ਹੈ ਜਾਂ ਇਹ ਚੀਜ਼ਾਂ ਜਿਹੜੀਆਂ ਉੱਥੇ ਜਿਹੜੀਆਂ ਇੰਡਸਟਰੀ ਲਿਆਂਦੀ ਜਾ ਰਹੀ ਹੈ ਜਾਂ ਹੋਰ ਹੈ। ਸੋ ਮੈਂ ਉਹਨਾਂ ਲੋਕਾਂ ਨੂੰ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਇਹ ਬੀੜ ਐਸਵਾਨ ਦੀ ਜਿਹਦੀ ਮੈਂ ਗੱਲ ਕੀਤੀ ਆ, ਇਹ ਬੀੜ ਐਸਵਾਨ ਆ ਜਿਹੜਾ ਇੱਕ ਬੇਚਰਾਗ ਪਿੰਡ ਆ ਜਿਹਦੀ ਟੋਟਲ ਜਿਹੜੀ ਰੈਵਨਿਊ ਰਿਕਾਰਡ ਦੇ ਵਿੱਚ 927 ਏਕੜ ਜਿਹੜੀ ਜ਼ਮੀਨ ਹੈਗੀ ਹੈ। ਸੋ 927 ਏਕੜ ਦੀ ਮਾਲਕੀ ਹੈ, ਇੱਕ ਜਿਹੜਾ ਰੈਵਨਿਊ ਰਿਕਾਰਡ ਹੈ, ਇੱਕ ਪਿੰਡ ਐਗਜ਼ਿਸਟ ਕਰਦਾ ਜਿਹਦੇ ਵਿੱਚ ਵਸੋ ਨਹੀਂ ਹੈਗੀ, ਜਿਹਨੂੰ ਕਿ ਅਸੀਂ ਕਹਿ ਦਿੰਦੇ ਕਿ ਬੇਚਰਾਗ ਪਿੰਡ ਹੈ। ਸੋ ਉਹ ਮਾਲ ਵਿਭਾਗ ਦੇ ਜਿਹੜੇ ਰਿਕਾਰਡ ਦੇ ਵਿੱਚ ਅੱਜ ਉਹ ਐਗਜ਼ਿਸਟ ਕਰ ਰਿਹਾ ਜਿਹਦੇ ਵਿੱਚੋਂ ਮੈਂ 255 ਏਕੜ ਦੀ ਜਿਹੜੀ ਮੈਂ ਗੱਲ ਕੀਤੀ ਸੀ। ਸੋ ਮੈਂ ਕਲੀਅਰ ਕਰ ਦੇਵਾਂ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਪਿੰਡ ਹੈ ਪਰ ਉਹਦੇ ਵਿੱਚ ਵਸੋ ਨਹੀਂ ਹੈਗੀ, ਉਹਦਾ ਆਪਣਾ ਜਿਹੜਾ ਰੈਵਨਿਊ ਰਿਕਾਰਡ ਆ। ਸੋ 255 ਏਕੜ ਦੀ ਵੀ ਜੇ ਮੈਂ ਗੱਲ ਕਰਾਂ ਉਹਦੇ ਵਿੱਚ 125 ਏਕੜ ਜਿਹੜੀ ਜ਼ਮੀਨ ਹੈਗੀ ਆ ਜਿਹਦੇ ਵਿੱਚ ਖੇਤੀ ਹੋ ਰਹੀ ਆ, ਵਾਹੀ ਹੋ ਰਹੀ ਆ, ਅੱਜ ਕਾਸ਼ਤ ਹੋ ਰਹੀ ਆ। ਉਸ ਤੋਂ ਪਹਿਲਾਂ ਜਿਹੜੀ ਉਹਦੇ ਵਿੱਚੋਂ 130 ਏਕੜ ਜਿਹੜੀ ਜ਼ਮੀਨ ਬਚਦੀ ਆ ਜਿਹਦੇ ਵਿੱਚ ਕਿ ਬੀੜ ਵੀ ਹੈਗੀ ਆ, ਜਿਹਦੇ ਵਿੱਚ ਜਿਹੜਾ ਤੇਲ ਦਾ ਡਿਪੂ ਵੀ ਹੈਗਾ ਤੇ ਹੋਰ ਚੀਜ਼ਾਂ ਵੀ ਜਿਹੜੀਆਂ ਉਹਦੇ ਵਿੱਚ ਅੱਜ ਇਸ ਟਾਈਮ ਜਿਹੜੀਆਂ ਮੌਜੂਦ ਨੇ। ਸੋ ਉਸ 255 ਏਕੜ ਦੀ ਮੈਂ ਜਿਹਦੀ ਗੱਲ ਕੀਤੀ ਸੀ ਤਾਂ ਜੋ ਉਹਦੇ ਵਿੱਚੋਂ ਜਿਹੜੀ ਸਾਡੇ ਕੋਲ ਜ਼ਮੀਨ ਜਿਹੜੀ ਬਚਦੀ ਆ ਉਹ ਪੰਜਾਬ ਸਰਕਾਰ ਦੀ ਜਦੋਂ ਮਾਲਕੀ ਹੁੰਦੀ ਹੈ ਤਾਂ ਪੰਜਾਬ ਸਰਕਾਰ ਉੱਥੇ ਸੰਗਰੂਰ ਦੇ ਲੋਕਾਂ ਦੀ, ਖਾਸ ਤੌਰ ਤੇ ਸਾਡੇ ਇਲਾਕੇ ਦੇ ਜਿਹੜੇ ਜ਼ਿਮੀਦਾਰ ਨੇ, ਕਿਸਾਨ ਨੇ, ਕਿਉਂਕਿ ਸੰਗਰੂਰ ਦੀ ਮੰਡੀ ਬਹੁਤ ਪੁਰਾਣੀ ਆ, 50 ਸਾਲ ਪੁਰਾਣੀ ਮੰਡੀ ਆ, ਹਰੇਕ ਸਾਲ ਜਿਹੜੇ ਸੈਂਕੜੇ ਆਰਜੀ ਫੜ ਬਣਦੇ ਨੇ ਜਿਹਦੇ ਨਾਲ ਸਾਡੇ ਕਿਸਾਨ ਵੀ ਖੱਜਲ ਖੁਆਰ ਹੁੰਦੇ ਨੇ, ਸਾਡੇ ਜਿਹੜੇ ਆੜ੍ਹਤੀ ਭਰਾ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਸੋ ਮੇਰੀ ਇਹ ਬੇਨਤੀ ਸੀ ਆਪਣੇ ਇਲਾਕੇ ਦੇ ਲੋਕਾਂ ਵੱਲੋਂ, ਆਪਣੇ ਹਲਕੇ ਦੇ ਲੋਕਾਂ ਵੱਲੋਂ ਕਿ ਉਸ ਜ਼ਮੀਨ ਦੇ ਵਿੱਚ ਜਿਹੜੀ 125 ਏਕੜ ਜਿਹਦੇ ਵਿੱਚ ਅੱਜ ਕਾਸ਼ਤ ਹੋ ਰਹੀ ਹੈ, ਸੋ ਉਹਦੇ ਵਿੱਚ ਕੋਈ ਚਾਹੇ ਅਸੀਂ 50 ਏਕੜ ਦੀ ਮੰਡੀ ਕੱਟ ਲਈਏ, ਚਾਹੇ 100 ਏਕੜ ਦੀ ਮੰਡੀ ਕੱਟ ਲਈਏ, ਚਾਹੇ ਉਹਦੇ ਵਿੱਚ ਅੱਧੇ ਦੇ ਵਿੱਚ ਕੋਈ ਅਸੀਂ ਇੰਡਸਟਰੀਅਲ ਜਿਹੜਾ ਜ਼ੋਨ ਬਣਾ ਲਈਏ, ਸੋ ਕੋਈ ਵੀ ਪ੍ਰੋਜੈਕਟ ਆ ਜਿਹੜਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਦੇ ਵਿੱਚ ਲਗਾ ਸਕਦੀ ਆ। ਸੋ ਇਹ ਮਸਲਾ ਜਿਹੜਾ ਮੈਂ ਵਿਧਾਨ ਸਭਾ ਦੇ ਵਿੱਚ ਜਿਹੜਾ ਆਪਣੇ ਲੋਕਾਂ ਦੇ ਲਈ ਆਪਣਾ ਫਰਜ਼ ਸਮਝਦੇ ਹੋਏ ਜਿਹੜਾ ਉਠਾਇਆ ਸੀ। ਸੋ ਉਹਦੇ ਉੱਤੇ ਜਿਹੜੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਿਆਸਤ ਹੋਈ ਆ ਤੇ ਸੰਗਰੂਰ ਦੀ ਸਿਆਸਤ ਦੇ ਵਿੱਚ ਬੜੇ ਜਿਹੜੇ ਸਰਗਰਮ ਲੀਡਰ ਜਿਹੜੇ ਰਹੇ ਨੇ, ਜਿਹੜੇ ਕਿ ਇਸ ਮਸਲੇ ਨੂੰ, ਇਸ ਮੁੱਦੇ ਨੂੰ ਜਿਹੜੇ ਭਲੀ ਭਾਂਤ ਜਾਣਦੇ ਨੇ, ਉਹਨਾਂ ਦੇ ਵੱਲੋਂ ਵੀ ਜਿਹੜੇ ਬੇਤੁਕੇ ਬਿਆਨ ਜਾਂ ਬੇਤੁਕੀਆਂ ਜਿਹੜੀਆਂ ਗੱਲਾਂ ਇਸ ਮੁੱਦੇ ਨੂੰ ਲੈ ਕੇ ਜਿਹੜੀਆਂ ਕੀਤੀਆਂ ਗਈਆਂ ਨੇ। ਸੋ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਕਿਸੇ ਵੀ ਬੀੜ ਨੂੰ ਜਿਹੜਾ ਪੁੱਟਣ ਦੀ ਜਿਹੜੀ ਕੋਈ ਗੱਲ ਨਹੀਂ ਕਰੀ ਗਈ ਹੈਗੀ ਆ, ਨਾ ਕਹੀ ਗਈ ਆ ਤੇ ਨਾ ਹੀ ਇਸ ਚੀਜ਼ ਦੀ ਅਸੀਂ ਹਾਮੀ ਭਰਦੇ ਹਾਂ। ਸੋ ਅਸੀਂ
ਹਮੇਸ਼ਾ ਹੀ ਆਪਣੇ ਵਾਤਾਵਰਨ ਨੂੰ ਪਿਆਰ ਕਰਦੇ ਆ। ਔਰ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ 2.5 ਸਾਲ ਦੇ ਵਿੱਚ ਅਸੀਂ ਜਿਹੜੀ ਹਰਿਆਵਲ ਲਹਿਰ ਜਿਹੜੀ ਅੱਜ ਚਲਾਈ ਹੋਈ ਆ, ਲੱਖਾਂ ਬੂਟੇ ਅਸੀਂ ਮਨਰੇਗਾ ਦੇ ਜਿਹੜੇ ਸਹਿਯੋਗ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਲਗਾ ਰਹੇ ਆ। ਔਰ ਕੋਈ ਵੀ ਮਸਲਾ, ਕੋਈ ਵੀ ਮੁੱਦਾ ਇਹੋ ਜਿਹਾ ਜਿਹਦੇ ਵਿੱਚ ਮੇਰੇ ਜਿਹੜੇ ਇਲਾਕੇ ਦੇ ਲੋਕਾਂ ਦੇ ਮਨਾਂ ਨੂੰ ਕੋਈ ਠੇਸ ਪਹੁੰਚੇ, ਮੈਂ ਆਪਣਾ ਫਰਜ਼ ਸਮਝਦੇ ਹੋਏ ਕੋਈ ਵੀ ਇੱਦਾਂ ਦੀ ਜਿਹੜੀ ਗੁਸਤਾਖੀ ਜਿਹੜੀ ਨਹੀਂ ਕਰੂੰਗੀ। ਸੋ ਮੈਂ ਆਪਣੇ ਲੋਕਾਂ ਨੂੰ, ਆਪਣੇ ਜਿਹੜੇ ਵੋਟਰਾਂ ਨੂੰ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ। ਔਰ ਜਿਹੜੇ ਸਿਆਸਤ ਕਰਦੇ ਨੇ, ਮੈਂ ਉਹਨਾਂ ਨੂੰ ਕਹਿ ਦਵਾਂ ਕਿ ਜਿਹੜੀ ਰਾਜਨੀਤੀ ਹੈ ਉਹਨੂੰ ਮੁੱਦਿਆਂ ਦੀ ਰਾਜਨੀਤੀ ਕਰੋ। ਜੇ ਮੁੱਦਿਆਂ ਦੀ ਗੱਲ ਕਰਦੇ ਹੋ ਤਾਂ ਮੁੱਦਿਆਂ ਨੂੰ ਇੱਕ ਵਾਰ ਪੜ੍ਹ ਕੇ ਆਇਆ ਕਰੋ, ਉਹਨਾਂ ਦੀ ਸਟੱਡੀ ਕਰਕੇ ਆਇਆ ਕਰੋ, ਘੋਖ ਪੱਖ ਕੇ ਆਇਆ ਕਰੋ ਕਿ ਉਹਨਾਂ ਦੇ ਪਿੱਛੇ ਕਾਰਨ ਕੀ ਨੇ।